ਜਿਹੜੀ ਖਰੀਦ ਕਰਦੇ ਨੇ ਉਹਦੇ ਮਾਰਕੀਟ ਫੀਸ ਦੰਦੇ ਨੇ ਉਹ ਨਾ ਉਹਦੇ ਨਾਲ ਮੰਡੀ ਬੋਰਡ ਨੂੰ ਕੋਈ ਘੱਟ ਆ ਨਾ ਕਿਸੇ ਹੋਰ ਨੂੰ ਘੱਟ ਆ ਪ੍ਰੋਬਲਮ ਕਿੱਥੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੀ ਆ ਝੂਠੀਆਂ ਖਬਰਾਂ ਅਖਬਾਰਾਂ ਰਾਹੀਂ ਜਾਂ ਮੀਡੀਆ ਰਾਹੀਂ ਚੱਲ ਰਹੀਆਂ ਨੇ ਕਿ ਛੱਬੀ ਮਾਰਕੀਟ ਕਮੇਟੀਆਂ ਭੰਗ ਕਰਤੀਆਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕੋਈ ਇੱਕ ਆਰਡਰ ਦਿਖਾਓ ਕਿਸੇ ਮਾਰਕੀਟ ਕਮੇਟੀ ਨੂੰ ਭੰਗ ਕੀਤਾ ਗਿਆ ਹੋਵੇ ਤੁਸੀਂ ਉਸੇ ਪਾਸੇ ਨੂੰ ਵਧ ਲੇ ਜਿਹੜੇ ਪਾਸੇ ਕਹਿੰਦੇ ਕੇਂਦਰ ਸਰਕਾਰ ਵਧ ਰਹੀ ਸੀ ਉਹ ਕਹਿੰਦੇ ਤੁਸੀਂ ਤਾਂ 11 ਕਾਰਪੋਰੇਟਰ ਸੈਲੂਦਾ ਜਿਹੜੇ ਉਹਨਾਂ ਨੂੰ ਯਾਜਦ ਦੇਦੀ ਮੰਡੀਆਂ ਬਣਾਤਾ ਪਹਿਲਾਂ ਤਾਂ ਮੈਂ ਇਹ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਹੈ ਜਿਹੜੀ ਮੀਡੀਆ 'ਚ ਖਬਰ ਚੱਲ ਰਹੀ ਹੈ ਕਿ 26 ਮਾਰਕੀਟ ਕਮੇਟੀਆਂ ਦਾ ਕੰਮ ਸੈਲੂਨ ਦੇਤਾ ਕਾਰਪੋਰੇਟ ਨੇ ਦਾ ਇਹ ਬਿਲਕੁਲ ਗਲਤ ਹੈ ਕਿਉਂਕਿ ਸਵਾਲੇ ਚੁੱਕਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਇਹਦੇ ਖਿਲਾਫ ਅੰਦੋਲਨ ਕੀਤਾ ਸਾਲ ਤੋਂ ਬਾਅਦ ਸਮਾਂ ਕਿ ਨਿੱਜੀਕਰਨ ਹੋ ਰਿਹਾ ਹੈ ਨਿੱਜੀਕਰਨ ਹੋ ਰਿਹਾ ਹੈ ਪਰ ਉਹ ਕਹਿੰਦੇ ਕਿ ਤੁਸੀਂ ਉਸੇ ਪਾਸੇ ਵੱਧ ਗਏ ਕਹਿੰਦੇ ਕਿ ਤੁਸੀਂ ਕਾਰਪਟ ਘਰਾਣੇ ਨੂੰ ਐਂਟਰ ਕਰ ਦਿੱਤਾ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਜੋ ਵੀ ਮੰਡੀ ਬੋਰਡ ਦੀ ਡਿਊਟੀ ਹੈ ਉਹ ਹੈ ਖਰੀਦ ਪ੍ਰਬੰਧ ਕਰਨਾ ਕਣਕ ਦੀ ਖਰੀਦ ਦਾ ਸੀਜ਼ਨ ਆ ਗਿਆ ਹੈ ਮੰਡੀਆਂ ਦੇ ਵਿੱਚ ਕਿਸਾਨ ਦੀ ਕਣਕ ਆ ਰਹੀ ਹੈ ਔਰ ਸਭ ਤੋਂ ਵੱਧ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸਾਨ ਦੀ ਉਹ ਕਣਕ ਖਰੀਦਣ ਦੀ ਪਰ ਇਸ ਦੌਰਾਨ ਇੱਕ ਵਿਵਾਦ ਸਾਹਮਣੇ ਆ ਰਿਹਾ ਵਿਰੋਧੀ ਧਿਰਾਂ ਤੇ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਸਰਕਾਰ ਦੀ ਨੀਤੀ ਤੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਨੇ ਸਭ ਤੋਂ ਵੱਧ ਇੱਕ ਵੱਡਾ ਸਵਾਲ ਖੜਾ ਕੀਤਾ ਉਹਨਾਂ ਨੇ ਇੱਕ ਪੋਸਟ ਪਾਈ ਹੈ ਲਿਖਦੇ ਨੇ ਕਿ ਇਹ ਬਹੁਤ ਹੀ ਦੁੱਖਦਾਈ ਹੈ ਕਿ ਪੰਜਾਬ ਦੀ ਆਪ ਸਰਕਾਰ ਇਸ ਸੀਜ਼ਨ ਵਿੱਚ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ 11 ਕਾਰਪੋਰੇਟ ਸੈਲੋਜ਼ ਨੂੰ ਕਣਕ ਖਰੀਦ ਕਰਨ ਦੀ ਇਜਾਜ਼ਤ ਦੇ ਰਹੀ ਹੈ ਤਾਂ ਸਿੱਧੇ ਤੌਰ ਤੇ ਇੱਕ ਵੱਡਾ ਇਲਜ਼ਾਮ ਹੈ ਕਹਿੰਦੇ ਨੇ ਕਿ ਜਿਹੜੇ ਮੁੱਸਲੇ ਨੂੰ ਲੈ ਕੇ ਕਿਸਾਨ ਸਾਲ ਤੋਂ ਵੱਧ ਸਮਾਂ ਦਿੱਲੀ 'ਚ ਧਰਨੇ ਤੇ ਬੈਠੇ ਰਹੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਹੁਣ ਉਸੇ ਵੱਲ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਵਿਰੋਧੀ ਧੱਕਾ ਦੱਸ ਦਿੱਤਾ ਹੈ ਪੰਜਾਬ ਦੀ ਸੱਤਾਧਰ ਨੂੰ ਹਰਚੰਦ ਸਿੰਘ ਬਰਸੜ ਸਾਡੇ ਨਾਲ ਨੇ ਜਿਹੜੇ ਇਸ ਵੇਲੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਜਿਨ੍ਹਾਂ ਦੇ ਕੋਲ ਸਾਰੀ ਜ਼ਿੰਮੇਵਾਰੀ ਹੈ ਤੇ ਜਿਨ੍ਹਾਂ ਨੇ ਮੰਡੀਆਂ ਦਾ ਸਿਸਟਮ ਦੇਖਣਾ ਬਰਸੜ ਸਾਹਿਬ ਵੱਡਾ ਸਵਾਲ ਵਿਰੋਧੀ ਧਿਰ ਕਹਿੰਦੀ ਹੈ ਕਿ ਤੁਸੀਂ ਉਸੇ ਪਾਸੇ ਨੂੰ ਵੱਧ ਲਏ ਜਿਹੜੇ ਪਾਸੇ ਕਹਿੰਦੇ ਕੇਂਦਰ ਸਰਕਾਰ ਵੱਧ ਰਹੀ ਸੀ ਉਹ ਕਹਿੰਦੇ ਤੁਸੀਂ ਤਾਂ 11 ਕਾਰਪੋਰੇਟ ਸੈਲੂ ਦਾ ਜਿਹੜੇ ਉਹਨਾਂ ਨੂੰ ਯਾਜਦ ਦੇਤੀ ਮੰਡੀਆਂ ਬਣਾਤਾ ਪਹਿਲਾਂ ਤਾਂ ਮੈਂ ਇਹ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਹੈ ਜਿਹੜੀ ਮੀਡੀਆ 'ਚ ਖਬਰ ਚੱਲ ਰਹੀ ਹੈ ਕਿ 26 ਮਾਰਕੀਟ ਕਮੇਟੀਆਂ ਦਾ ਕੰਮ ਸੈਲੂ ਨੂੰ ਦਿੱਤਾ ਕਾਰਪੋਰੇਟ ਨੇ ਤਾਂ ਇਹ ਬਿਲਕੁਲ ਗਲਤ ਹੈ ਕਿਉਂਕਿ ਕੋਈ ਵੀ ਮਾਰਕੀਟ ਕਮੇਟੀ ਭੰਗ ਨਹੀਂ ਕੀਤੀ ਨਾ ਹੀ ਕਿਸੇ ਮਾਰਕੀਟ ਕਮੇਟੀ ਨੂੰ ਬੰਦ ਕੀਤਾ ਗਿਆ ਜਿੱਥੋਂ ਤੱਕ ਸਬ ਯਾਰਡ ਬਣਾਉਣ ਦੀ ਗੱਲ ਹੈ ਸਾਈਲੋ ਨੂੰ ਇਹ ਕੋਈ ਅੱਜ ਨਹੀਂ ਸ਼ੁਰੂ ਹੋਇਆ ਇਹ ਸਾਲ 2013 ਤੋਂ ਚੱਲ ਰਿਹਾ ਹੈ ਹਰ ਸਾਲ ਇੱਕ ਰੁਟੀਨ ਮੈਟਰ ਦੇ ਵਿੱਚ ਜਿਹੜੇ ਸਾਈਲੋ ਨੇ ਉਹਨਾਂ ਨੂੰ ਸਬ ਯਾਰਡ ਬਣਾਉਣ ਦਾ ਇੱਕ ਆਰਡਰ ਸਾਡੇ ਸੈਕਟਰੀ ਵੱਲੋਂ ਜਾਰੀ ਕੀਤਾ ਜਾਂਦਾ ਹੈ ਅੱਜ ਵੀ ਕੱਲਾ ਇਹ ਸਾਈਲੋ ਨਹੀਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਟੈਂਪਰਰੀ ਤੌਰ ਤੇ ਤਾਂ ਕਿ ਕਿਸਾਨਾਂ ਨੂੰ ਫਸਲ ਵੇਚਣ 'ਚ ਕੋਈ ਦਿੱਕਤ ਨਾ ਆਵੇ ਵਪਾਰੀਆਂ ਨੂੰ ਆੜਤੀਆਂ ਨੂੰ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਾ ਹੋਵੇ ਹਰ ਸਾਲ ਵੱਖ-ਵੱਖ ਜਗ੍ਹਾ ਖਰੀਦ ਕੇਂਦਰ ਬਣਾਏ ਜਾਂਦੇ ਨੇ ਪਰ ਸਰ ਇੱਕ ਚੀਜ਼ ਨੂੰ ਸਪਸ਼ਟ ਕਰਿਓ ਕਿਉਂਕਿ ਸਵਾਲੇ ਚੁੱਕਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਇਹਦੇ ਖਿਲਾਫ ਅੰਦੋਲਨ ਕੀਤਾ ਸਾਲ ਤੋਂ ਬਾਅਦ ਸਮਾਂ ਕਿ ਨਿੱਜੀਕਰਨ ਹੋ ਰਿਹਾ ਹੈ ਨਿੱਜੀਕਰਨ ਹੋ ਰਿਹਾ ਪਰ ਉਹ ਕਹਿੰਦੇ ਕਿ ਤੁਸੀਂ ਉਸੇ ਪਾਸੇ ਵੱਧ ਕੇ ਕਹਿੰਦੇ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਐਂਟਰ ਕਰ ਦਿੱਤਾ ਅਸਲ ਦੇ ਵਿੱਚ ਹੈ ਕਿ ਕੀ ਇਹ ਖਰੀਦ ਤੁਸੀਂ ਕਰਨੀ ਹੈ ਕੀ ਉਹਨਾਂ ਨੇ ਸਿਰਫ ਸਟੋਰ ਕਰਨਾ ਹੈ ਕਹਾਣੀ ਹੈ ਕੀ ਜਿੱਥੇ ਵੀ ਕਿਸੇ ਨੂੰ ਉਲਝਣ ਹੈ ਬਿਲਕੁਲ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਹੈ ਜੋ ਵੀ ਮੰਡੀ ਬੋਰਡ ਦੀ ਡਿਊਟੀ ਹੈ ਉਹ ਹੈ ਖਰੀਦ ਪ੍ਰਬੰਧ ਕਰਨਾ ਫਸਲ ਜਿਸ ਨੇ ਵੀ ਮੰਡੀ ਦੇ ਵਿੱਚ ਕਿਸਾਨ ਨੇ ਲੈ ਕੇ ਆਉਣੀ ਹੈ ਉਸ ਤੋਂ ਬਾਅਦ ਉਹਨੂੰ ਕਿਹੜੀ ਏਜੰਸੀ ਨੇ ਖਰੀਦਣੀ ਹੈ ਪੰਗ੍ਰੇਡ ਨੇ ਖਰੀਦਣੀ ਹੈ ਮਾਰਕਫੈਟ ਨੇ ਖਰੀਦਣੀ ਹੈ ਪੰਸਪ ਨੇ ਖਰੀਦਣੀ ਹੈ ਜਾਂ ਐਫਸੀਆਈ ਨੇ ਖਰੀਦਣੀ ਹੈ ਉਸ ਤੋਂ ਬਾਅਦ ਉਹ ਫਸਲ ਨੂੰ ਚੱਕ ਕੇ ਜਿਹੜੀ ਵੀ ਏਜੰਸੀ ਖਰੀਦਦੀ ਹੈ ਜਾਂ ਕੋਈ ਪ੍ਰਾਈਵੇਟ ਵਿਅਕਤੀ ਖਰੀਦਦਾ ਹੈ ਉਹ ਚਾਕੇ ਕਿਸੇ ਸੈਲੋਚ ਰੱਖੇ ਕਿਸੇ ਗਡਾਉਨ ਚ ਰੱਖੇ ਕਿਸੇ ਪ੍ਰਾਈਵੇਟ ਜਗ੍ਹਾ ਰੱਖੇ ਉਹ ਉਹਦੀ ਜ਼ਿੰਮੇਵਾਰੀ ਆ ਮੰਡੀ ਬੋਰਡ ਦਾ ਉਹਦੇ ਵਿੱਚ ਕੁਝ ਨਹੀਂ ਜਿਹੜਾ ਕਿਹਾ ਜਾ ਰਿਹਾ ਕਿ ਨੋਟੀਫਾਈ ਕੀਤਾ ਤੁਸੀਂ ਨੌਂ ਜ਼ਿਲ੍ਹਿਆਂ ਦੀਆਂ 11 ਉਹਨਾਂ ਦੀਆਂ ਜਗ੍ਹਾ ਦੱਸੀ ਗਈਆਂ 11 ਮੰਡੀਆਂ ਕਹਿ ਲਓ ਉਹਨਾਂ ਨੂੰ ਤੁਸੀਂ ਕਹਿੰਦੇ ਨੋਟੀਫਾਈ ਕੀਤਾ ਉਹਨਾਂ ਨੂੰ ਤੁਸੀਂ ਅਧਿਕਾਰ ਦਿੱਤੇ ਆ ਉਹ ਅਧਿਕਾਰ ਤੁਸੀਂ ਪਹਿਲੀ ਵਾਰ ਹੀ ਦਿੱਤੇ ਆ ਜਾਂ ਇਸ ਤੋਂ ਪਹਿਲਾਂ ਵੀ ਦਿੱਤੇ ਇਹ ਇਹ ਇੱਕ ਰੂਟੀਨ ਮੈਟਰ ਸਬਜਾਰਡ ਬਣਾਉਣ ਦਾ ਹਰ ਸਾਲ ਬਣਦਾ 2013 ਤੋਂ ਚੱਲ ਰਿਹਾ ਹੈ 2013 ਭਾਵ ਅਕਾਲੀ ਸਰਕਾਰ ਮੌਕੇ ਅਕਾਲੀ ਸਰਕਾਰ ਮੌਕੇ ਕਾਂਗਰਸ ਸਰਕਾਰ ਮੌਕੇ ਵੀ ਇਹ ਸਬਜਾਰਡ ਬਣਦੇ ਰਹੇ ਨੇ ਕਿਉਂਕਿ ਸਹੀ ਪ੍ਰਬੰਧ ਕਰਨ ਵਾਸਤੇ ਖਰੀਦ ਦੇ ਕਿ ਸਬਜਾਰਡ ਬਣਾਉਣੇ ਪੈਂਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਤਕੀ ਵੀ ਅਸੀਂ ਇਕੱਲੇ ਇਹ ਸਬਜਾਰਡ ਨਹੀਂ ਬਣੇ ਇਸ ਤੋਂ ਇਲਾਵਾ 47 ਮੰਡੀਆਂ ਸੀ ਹੋਰ ਵਧਾਈਆਂ ਨੇ ਤਾਂ ਕਿ ਕਿਸਾਨਾਂ ਨੂੰ ਸਹੂਲਤ ਰਹੇ ਕੋਈ ਪ੍ਰੋਬਲਮ ਨਾ ਆਵੇ ਔਰ ਮੈਂ ਬਿਲਕੁਲ ਸਪਸ਼ਟ ਕਰ ਦੇਣੀ ਚਾਹੁੰਦਾ ਚਾਹੇ ਕੋਈ ਸਬਯਾਰਡ ਕਿਤੇ ਵੀ ਬਣੇ ਕਿੱਥੇ ਵੀ ਖਰੀਦ ਹੋਵੇ ਮਾਰਕੀਟ ਫੀਸ ਉਹਨੂੰ ਦੇਣੀ ਪੈਂਦੀ ਹੈ ਨਾ ਕੋਈ ਮਾਰਕੀਟ ਕਮੇਟੀ ਨੂੰ ਇਹਦੇ ਨਾਲ ਅਸਰ ਪੈਂਦਾ ਨਾ ਮੰਡੀ ਬੋਰਡ ਨੂੰ ਅਸਰ ਪੈਂਦਾ ਨਾ ਹੀ ਕਿਸੇ ਕਾਰਪੋਰੇਟ ਅਧਾਰੇ ਨੂੰ ਇਹਦਾ ਕੋਈ ਫਾਇਦਾ ਹੁੰਦਾ ਨਹੀਂ ਪਰ ਕਿਤੇ ਕਿਸਾਨ ਦੀ ਲੁੱਟ ਤਾਂ ਨਹੀਂ ਹੋ ਜੇਗੀ ਕਿਤੇ ਪ੍ਰਾਈਵੇਟ ਕਰਨ ਵਾਲੇ ਪਾਸੇ ਤਾਂ ਨਹੀਂ ਸੁਭਾ ਵਾਜੇਗਾ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਬਿਲਕੁਲ ਨਹੀਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਕਿਸਾਨ ਹਤੈਸ਼ੀ ਆਏ ਮਜ਼ਦੂਰ ਹਤੈਸ਼ੀ ਆਏ ਆੜਤੀਆਂ ਦੇ ਹਤੈਸ਼ੀ ਆਏ ਵਪਾਰੀਆਂ ਦੇ ਹਤੈਸ਼ੀ ਆਏ ਕਿਸੇ ਵੀ ਕੀਮਤ ਤੇ ਮੰਡੀਕਰਨ ਸਿਸਟਮ ਨੂੰ ਅਸੀਂ ਪ੍ਰਾਈਵੇਟ ਹੱਥਾਂ 'ਚ ਕਦੇ ਵੀ ਨਹੀਂ ਜਾਣ ਦੇਵਾਂਗੇ ਔਰ ਇਹ ਜਿਹੜੀਆਂ ਝੂਠੀਆਂ ਖਬਰਾਂ ਨੇ ਕਿ 26 ਮਾਰਕੀਟ ਕਮੇਟੀਆਂ ਭੰਗ ਕਰਕੇ ਸਾਈਲੋ ਦੇਤੇ ਜੀ ਇਹ ਬਿਲਕੁਲ ਬੇਬੁਨਿਆਦ ਨੇ ਇਦਾ ਕੋਈ ਆਧਾਰ ਨਹੀਂ ਹੈਗਾ ਇਹ ਸੈਲੋ ਪਿਛਲੇ 2013 ਤੋਂ ਜਿਹੜੇ ਭੰਡਾਰਨ ਕਰਨ ਵਾਸਤੇ ਵੱਡੇ ਅਦਾਰਿਆਂ ਨੇ ਬਣਾਏ ਨੇ ਉੱਥੇ ਹਰ ਸਾਲ ਭੰਡਾਰ ਕਰਦੇ ਨੇ ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ ਅੱਛਾ ਇਹ ਪਹਿਲਾਂ ਗਿਣਤੀ ਕਿੰਨੀ ਸੀ ਪਰ ਸੜਾ ਵੈਸਾ ਤਾਂ ਨਹੀਂ ਕਿ ਪਹਿਲਾਂ ਇੱਕ ਅੱਧਾ ਹੋਵੇ ਤੇ ਤੁਸੀਂ 11 ਕਰਤੇ ਹੋਣ ਐਸਾ ਤਾਂ ਨਹੀਂ ਪਹਿਲਾਂ ਡਾਟਾ ਕੀ ਸੀ ਹੁਣ ਡਾਟਾ ਕੀ ਹੈ ਪਹਿਲਾਂ ਮੇਰਾ ਖਿਆਲ ਤਕਰੀਬਨ 9 ਸੀਗੇ ਹੋਰ ਸੈਲੋ ਜਿਉਂ-ਜਿਉਂ ਬਣਦੇ ਨੇ ਅਗਲੇ ਆਪਣੇ ਭੰਡਾਰ ਕਰਨ ਦੀ ਸੁਵਿਧਾ ਮੁਤਾਬਕ ਚਾਹੁੰਦੇ ਨੇ ਕਿ ਸਾਡੇ ਇੱਥੇ ਅਸੀਂ ਮਾਲ ਰੱਖ ਸਕੀਏ ਉਹ ਤਾਂ ਉਹਨਾਂ ਨੇ ਸਿਰਫ ਮਾਲ ਰੱਖਣ ਵਾਸਤੇ ਸੈਲੋ ਬਣਾਏ ਨੇ ਜਿਹੜੀ ਖਰੀਦ ਕਰਦੇ ਨੇ ਉਹ ਤੇ ਮਾਰਕੀਟ ਫੀਸ ਦਿੰਦੇ ਨੇ ਉਹ ਨਾ ਉਹਦੇ ਨਾਲ ਮੰਡੀ ਬੋਰਡ ਨੂੰ ਕੋਈ ਘੱਟ ਹੈ ਨਾ ਕਿਸੇ ਹੋਰ ਨੂੰ ਘੱਟ ਹੈ ਪ੍ਰੋਬਲਮ ਕਿੱਥੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੀ ਆ ਝੂਠੀਆਂ ਖਬਰਾਂ ਅਖਬਾਰਾਂ ਰਾਹੀਂ ਜਾਂ ਮੀਡੀਆ ਰਾਹੀਂ ਚੱਲ ਰਹੀਆਂ ਨੇ ਕਿ 26 ਮਾਰਕੀਟ ਕਮੇਟੀਆਂ ਭੰਗ ਕਰਤੀਆਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕੋਈ ਇੱਕ ਆਰਡਰ ਦਿਖਾਓ ਕਿਸੇ ਮਾਰਕੀਟ ਕਮੇਟੀ ਨੂੰ ਭੰਗ ਕੀਤਾ સુધાર ਕਰਨ ਵਾਸਤੇ ਜੇ ਕੋਈ ਕਿਸਾਨਾਂ ਨੂੰ ਸਹੂਲਤ ਦੇਣ ਵਾਸਤੇ ਜੇ ਕੋਈ ਪ੍ਰੋਗਰਾਮ ਬਣਾਇਆ ਜਾਂਦਾ ਉਹਨੂੰ ਪੋਜੀਟਿਵਲੀ ਲੈਣਾ ਚਾਹੀਦਾ ਬਸ ਸਰ ਸਾਬ ਜੇ ਆਪਾਂ ਤੁਹਾਡੇ ਦਾਅਵੇ ਨੂੰ ਮੰਨੀਏ ਤੁਹਾਡੀਆਂ ਗੱਲਾਂ ਵਾਲੇ ਪਾਸੇ ਵਧਿਏ ਤਾਂ ਫਿਰ ਜੇ 2013 ਤੋਂ ਇਹ ਚੱਲ ਰਿਆ ਸੀ ਕਾਲੀ বিজেপি ਸਰਕਾਰ ਆ ਗਈ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਰਕਾਰ ਕਾਂਗਰਸ ਸਰਕਾਰ ਆ ਗਈ ਉਸ ਤੋਂ ਬਾਅਦ ਚੰਨੀ ਸਰਕਾਰ ਆ ਗਈ ਤਿੰਨ ਤੇ ਚੌਥੀ ਆ ਗਈ ਤੁਹਾਡੀ ਜੇ ਤੁਹਾਡੇ ਦਾਅਵੇ ਨੂੰ ਮੰਨੀਏ ਕਿ 13 ਤੋਂ ਇਹ ਚੱਲ ਰਿਹਾ ਤਾਂ ਫਿਰ ਅੱਜ ਇਹ ਮਸਲਾ ਕਿਉਂ ਉਠ ਖੜਾ ਅੱਜ ਰੌਲਾ ਕਿਵੇਂ ਪੈ ਗਿਆ ਅਸਲ ਦੇ ਵਿੱਚ ਜਿਹੜੇ ਵੀ ਲੋਕ ਇਸ ਗੱਲ ਦਾ ਰੌਲਾ ਪਾਉਂਦੇ ਨੇ ਉਹਨਾਂ ਕੋਲ ਕੋਈ ਪੋਜ਼ਿਟਿਵ ਪ੍ਰੋਗਰਾਮ ਪੰਜਾਬ ਵਾਸਤੇ ਹੈ ਨਹੀਂ ਅਸੀਂ ਪਿਛਲੇ 4 ਫਸਲਾਂ ਚੁਕਵਾਈਆਂ ਨੇ ਮਾਨ ਸਾਹਿਬ ਦੀ ਅਗਵਾਈ ਚ ਵਧੀਆ ਢੰਗ ਨਾਲ ਚਕਾਈਆਂ ਨੇ ਕੋਈ ਪੇਮੈਂਟ ਨਹੀਂ ਰੁਕੀ ਅੱਜ ਵੀ ਤੁਸੀਂ ਮੰਡਿਆ ਚ ਜਾ ਕੇ ਦੇਖੋ ਸਾਡਾ ਸਾਰਾ ਸਟਾਫ ਸਫਾਈ ਦੇ ਪ੍ਰਬੰਧ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਔਰ ਹਰ ਪੱਖੋਂ ਬਿਜਲੀ ਦੇ ਲਾਈਟ ਦੇ ਪ੍ਰਬੰਧ ਹਰ ਪ੍ਰਬੰਧ ਅਸੀਂ ਵੱਡੇ ਜੋਰ ਨਾਲ ਨਿੱਜੀ ਇੰਟਰਸਟ ਲੈ ਕੇ ਕਰਾ ਰਹੇ ਹਾਂ ਕਿਸੇ ਵੀ ਕੋਈ ਸਮੱਸਿਆ ਨਹੀਂ ਆਉਂਦੇ ਰਹੇ ਔਰ ਇਹ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹਾ ਕਈ ਜਗ੍ਹਾ ਕੱਲ ਵੀ ਮੀਡੀਆ ਚ ਖਬਰ ਆ ਰਹੀ ਸੀਗੀ ਕਿ ਜੀ ਉੱਥੇ ਪ੍ਰਬੰਧ ਨਹੀਂ ਹੋਏ ਇਕਦਮ ਮੈਂ ਆਪਣੇ ਡੀਐਮ ਨੂੰ ਕਹਿ ਕੇ ਫੋਟੋਆਂ ਮੰਗਾਈਆਂ ਉੱਥੇ ਪ੍ਰਬੰਧ ਹੋਏ ਹੋਏ ਸੀ ਮਤਲਬ ਇਹੋ ਜੀਆਂ ਗੱਲਾਂ ਜਿਹੜੀਆਂ ਬੇਬੁਨਿਆਦ ਗੱਲਾਂ ਜੀ ਮੰਡੀਆਂ ਭੰਗ ਹੋ ਗਈਆਂ ਜੀ ਮਾਰਕੀਟ ਕਮੇਟੀ ਆ ਭੰਗ ਹੋ ਗਿਆ ਬਿਲਕੁਲ ਝੂਠ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਅਸੀਂ ਨਾ ਕੋਈ ਮਾਰਕੀਟ ਕਮੇਟੀ ਭੰਗ ਕਰਨੀ ਆ ਨਾ ਹੋਣ ਦਵਾਂਗੇ ਅਸੀਂ ਮੰਡੀ ਸਿਸਟਮ ਨੂੰ ਖੜਾ ਰੱਖਾਂਗੇ ਔਰ ਕਿਸਾਨਾਂ ਨੂੰ ਆੜਥੀਆਂ ਨੂੰ ਮਜ਼ਦੂਰਾਂ ਨੂੰ ਬਿਲਕੁਲ ਸਹੂਲਤ ਮਿਲੂਗੀ ਵਪਾਰੀਆਂ ਨੂੰ ਸਹੂਲਤ ਮਿਲੂਗੀ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਵਚਨਬੱਧ ਆ আচ্ছা ਮੰਡੀਆਂ ਦਾ ਕੀ ਸਟੇਟਸ ਹੈ ਬਰਤਸਾ ਕਿਉਂਕਿ ਕਲਕੱਤਾ ਹਾਲਾਂਕਿ ਖਰੀਦ ਸ਼ੁਰੂ ਹੋ ਗਈ ਹੈ ਮੰਡੀਆਂ ਦਾ ਸਟੇਟਸ ਕੀ ਹੈ ਪਹਿਲਾਂ ਕਿੰਨੀਆਂ ਮੰਡੀਆਂ ਕੰਮ ਕਰ ਰਹੀਆਂ ਸੀ ਅੱਜ ਕਿੰਨੀਆਂ ਕੰਮ ਕਰ ਰਹੀਆਂ ਤੇ ਕਿਸਾਨ ਨੂੰ ਸਹੂਲਤਾਂ ਦੇ ਲਈ ਕਿੰਨੇ ਕੁ ਪ੍ਰਬੰਧ ਹੋ ਗਏ ਅੱਜ ਅਸੀਂ ਪਿਛਲੇ ਸਾਲ 1857 ਸੀ ਸ਼ਾਇਦ ਐਸੀ ਕਿ ਅਸੀਂ 1907 ਮੰਡੀਆਂ ਹੋਰ ਬਣਾਈਆਂ ਨੇ ਜਿਹਦੇ ਵਿੱਚ ਸੈਲੋ ਵੀ ਆ ਜਾਂਦੇ ਨੇ 1907 ਟੋਟਲ ਹੋ ਗਈਆਂ ਐਡ ਕਰ 1907 ਹੋ ਗਈਆਂ ਤਾਂ ਕਿ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਸਾਰ ਜਗਾ ਪੱਕੇ ਫੜ ਹੈ ਨਹੀਂ ਜਿਨ੍ਹਾਂ ਨੇ ਖਰੀਦ ਕਰਨੀ ਹੈ ਜਿੱਥੇ ਰੱਖਣਾ ਮਾਲ ਉਹਨਾਂ ਨੇ ਸਟੋਰ ਕਰਨਾ ਉੱਥੇ ਲੈ ਜਾਂਦੇ ਨੇ ਉਹਦੇ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਜੇ ਹੁਣ ਮੰਡੀ ਦੇ ਵਿੱਚੋਂ ਭੰਡਾਰਨ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਐਫਸੀ ਹੀ ਖਰੀਦ ਕਰਦੀ ਹੈ ਅਸੀਂ ਤਾਂ ਕਹਿੰਦੇ ਵੀ ਚੱਕੋ ਮਾਲ ਫਿਰ ਉਹਨਾਂ ਕੋਲੇ ਸਟੋਰ ਭਰੇ ਵੀ ਹੁੰਦੇ ਨੇ ਉਹ ਐਫਸੀਆ ਦੇ ਗਡੌਨਾਂ ਚ ਲੈ ਜਾਂਦੇ ਨੇ ਜਿਹੜੇ ਪ੍ਰਾਈਵੇਟ ਅਦਾਰੇ ਖਰੀਦੇ ਨੂੰ ਸੈਲੋ ਚ ਲੈ ਜਾਂਦੇ ਨੇ ਉਹਦੇ ਵਿੱਚ ਕੋਈ ਇਤਰਾ ਜਿਹੜੀ ਗੱਲੇ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਅੱਛਾ ਮੰਡੀਆਂ ਚ ਕਿਸਾਨ ਕਈ ਵਾਰੀ ਕਹਿੰਦੇ ਕਿਸਾਨ ਨੂੰ ਖਚਲੋਣਾ ਪੈ ਜਾਂਦਾ ਇਹ ਤਾਂ ਨਹੀਂ ਕਿ ਕਿਸਾਨ ਨੂੰ ਉੱਥੇ ਉਧਰ ਬੋਰੀਆਂ ਭਰੀਆਂ ਪਈਆਂ ਰਹਿਣ ਉਧਰੋਂ ਕੋਈ ਚੱਕੇ ਨਾ ਉਹਨੂੰ ਲੈ ਕੇ ਪਹਿਲਾਂ ਤੋਂ ਜਿਹੜੇ ਹੈਗੇ ਆ ਗਾਈਡਲਾਈਨ ਜਾਰੀ ਕੀਤੀ ਗਈ ਕੋਈ ਕਦੇ ਦਿੱਕਤ ਆਉਂਦੀ ਆ ਸਾਨੂੰ ਕੋਈ ਅਸੀਂ ਪਿਛਲਿਆਂ ਤਜਰਬੇ ਤੋਂ ਦੱਸ ਸਕਦੇ ਹਾਂ ਕੋਈ ਕਿਸੇ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਔਰ ਵਧੀਆ ਢੰਗ ਨਾਲ ਅਸੀਂ ਖਰੀਦ ਦੇ ਪ੍ਰਬੰਧ ਕੀਤੇ ਹੋਏ ਨੇ ਅੱਜ ਵੀ ਤੁਸੀਂ ਮੰਡੀਆਂ ਦਾ ਦੌਰਾ ਕਰਕੇ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਢੰਗ ਨਾਲ ਸਾਰੇ ਪ੍ਰਬੰਧ ਚੱਲ ਰਹੇ ਨੇ ਔਰ ਕੱਲ ਅਸੀਂ ਸਟੇਟਸ ਰਿਪੋਰਟ ਲਈ ਕੱਲ ਕੋਈ ਵੀ ਕਿਸੇ ਮੰਡੀ 'ਚ ਫਸਲ ਨਹੀਂ ਆਈ ਹਾਲਾਂਕਿ ਅਸੀਂ ਇੱਕ ਤਰੀਕ ਤੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਾਤੀ ਸਾਡਾ ਸਟਾਫ ਹਰ ਜਗ੍ਹਾ ਤਾਇਨਾਤ ਹੈ ਔਰ ਅਸੀਂ ਚੈਕਿੰਗ ਵਾਸਤੇ ਵੀ ਡਿਊਟੀਆਂ ਅੱਡ ਤੌਰ ਤੇ ਲਾਈਆਂ ਨੇ ਬਕਾਇਦਾ ਇੱਕ ਵਧੀਆ ਮਕੈਨੀਕਲ ਸਿਸਟਮ ਖੜਾ ਕੀਤਾ ਤਾਂ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਹੋਵੇ ਬਸ ਤਾਂ ਕਿਸਾਨ ਜੱਟ ਕਹਿੰਦੇ ਆ ਕਿ ਆ ਆਪਦੀ 6 ਮਹੀਨੇ ਦੀ ਕਮਾਈ ਮੰਡੀ ਲੈ ਕੇ ਆਉਂਦਾ ਕਿ ਚਾਰ ਛੇੜ ਮੈਨੂੰ ਟਾਈਮ ਤੇ ਜੇਬ 'ਚ ਮਿਲ ਜਾਣ ਪਹਿਲਾਂ ਤਾਂ ਰੱਬ ਤੋਂ ਡਰਦਾ ਰਹਿੰਦਾ ਉਹ ਜਿਹੜੇ ਦਾਣੇ ਚਾਰ ਪਹੁੰਚਦੇ ਆ ਤਾਂ ਉਹ ਜਿਹੜੇ ਦਾਣੇ ਉਹਦੇ ਮੰਡੀ 'ਚ ਆਉਣੇ ਆ ਉਹਦੇ ਪੈਸੇ ਉਹਨੂੰ ਕਿੰਨੇ ਚਿਰਚ ਮਿਲ ਜਾਣਗੇ ਪੈਸਿਆਂ ਨੂੰ ਲੈ ਕੇ ਤਾਂ ਨਿੱਖਤਲਖੋਰੀ ਹੋਏਗੀ ਅਸੀਂ ਪਿਛਲੀਆਂ ਪੇਮੈਂਟਾਂ ਵੀ ਵਿਦਨ 24 ਆਵਰ ਕਰਾਈਆਂ ਨੇ ਕਿਉਂਕਿ ਅਸੀਂ ਸਾਰਾ ਜਿਹੜਾ ਸਾਡਾ ਸਿਸਟਮ ਹੈ ਔਨਲਾਈਨ ਕੀਤਾ ਹੈ ਸਾਡੇ ਜਿੰਨੇ ਕਿਸਾਨ ਭਰਾ ਫਸਲ ਲੈ ਕੇ ਆਉਂਦੇ ਨੇ ਅਰਥੀਆਂ ਦੇ ਨਾਲ ਉਹ ਔਨਲਾਈਨ ਉਹਨਾਂ ਦੀ ਪੇਮੈਂਟ ਹੁੰਦੀ ਹੈ ਕੋਈ ਕਿਸੇ ਨੂੰ ਨਗਦ ਨਹੀਂ ਮਿਲਦਾ ਸਾਰਾ ਉਹਨਾਂ ਦੇ ਬੈਂਕ ਖਾਤੇ ਜਾਂਦਾ ਵਿਦਨ 24 ਆਵਰ ਜਾਂਦਾ ਕੋਈ ਸਮੱਸਿਆ ਨਹੀਂ ਕਿਸੇ ਲੈਵਲ ਤੇ ਬਸ ਸਰਦ ਜੇ ਮੰਨ ਲਓ ਤੁਸੀਂ ਤੁਹਾਡੇ ਚਲੋ ਦਾਵੇ ਵੀ ਨੇ ਤੁਸੀਂ ਕਰ ਵੀ ਲਏ ਹੋਣੇ ਆ ਪ੍ਰਬੰਧ ਪਰ ਫਿਰ ਵੀ ਦਾਵੇ ਇੱਥੇ ਰਹਿ ਜਾਣ ਮੰਡੀ ਚ ਕੋਈ ਦਿੱਕਤ ਆ ਜੇ ਤਾਂ ਕਿਸਾਨ ਸ਼ਿਕਾਇਤ ਕਿਹਨੂੰ ਲਾਵੇ ਜਾ ਕੇ ਸਿੱਧਾ ਤੁਹਾਨੂੰ ਅਪਰੋਚ ਕਰ ਲਈਏ ਜਾਂ ਕਰੇ ਕਿਹਨੂੰ ਅਪਰੋਚੋ ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹੋਏ ਨੇ ਸਾਡੇ ਡਿਸਟ੍ਰਿਕਟ ਅਫੀਸਰ ਡਿਸਟ੍ਰਿਕਟ ਮੈਨੇਜਰ ਔਰ ਸਾਡਾ ਸਾਰਾ ਸਟਾਫ ਇਸ ਵਾਸਤੇ ਪੂਰੀ ਤਰ੍ਹਾਂ ਤਾਇਨਾਤ ਕੀਤਾ ਹੋਇਆ ਹੈ ਅਸੀਂ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਆੜ੍ਹਤੀਆਂ ਤੇ ਵਪਾਰੀਆਂ ਦੀ ਸੇਵਾ ਵਾਸਤੇ ਹਾਜ਼ਰ ਹਾਂ ਕਿਉਂਕਿ ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਅੱਛਾ ਇੱਕ ਕੋਈ ਇਦਾਂ ਦਾ ਕੀਤਾ ਤੁਸੀਂ ਕਿ ਟਾਈਮ ਬਾਉਂਡ ਕਿਉਂਕਿ ਇਹਨਾਂ ਅਵਿਅਕ ਜੋੜੇ ਸ਼ਿਕਾਇਤ ਕੀਤੀ ਹੈ ਮੰਡੀ 'ਚ ਉਹਦੀ ਕਣ ਕਫਤਾ ਪਈ ਰਹੇ ਹਫਤਾ ਉਹਦੀ ਸੁਣਵਾਈ ਨਾ ਹੋਵੇ ਕੋਈ ਟਾਈਮ ਬਾਉਂਡ ਕੀਤਾ ਕਿ ਜੇ ਕਿਸੇ ਦੀ ਕੰਪਲੇਂਟ ਆ ਗਈ ਤਾਂ ਭਾਈ ਉਹ 2 ਘੰਟੇ 4 ਘੰਟੇ ਅੱਥਰੂ ਨਿਵੇੜਨੀ ਨਾਲ ਦੀ ਨਾਲ ਤੁਰੰਤ ਉਹਦੀ ਕਾਰਵਾਈ ਹੁੰਦੀ ਹੈ